ਪਸਤਕ ਵਿਾਸਤadmੀ ਕਹਾਣੀ ਜ਼ਮਾਨਾ ਆਲਮਕੀਰ ਤੋਂ ਨਿਕਲਦੇ ਹੀ ਰਵੇਲ ਸਿੰਘ ਨੇ ਵੀ ਉਹੀ ਮਹਿਸੂਸ ਕੀਤਾ ਜੋ ਉਹਦੀ ਪਤਨੀ ਨੇ ਸਕੂਟਰ ਪਿੱਛੇ ਬੈਠੀ ਪਤਨੀ ਨੇ ਰਵੇਲ ਸਿੰਘ ਨੂੰ ਦੱਸਿਆ ਕਿ ਅੱਗੇ ਜਾਂਦੇ ਮੋਟਰਸਾਈਕਲ ਤੇ ਬੈਠੇ ਤਿੰਨ ਮੁੰਡੇ ਨਾਲ ਹੀ ਅੱਗੇ ਸਕੂਟਰ ਤੇ ਜਾਂਦੀਆਂ ਦੋ ਕੁੜੀਆਂ ਨੂੰ ਤੰਗ ਕਰਦੇ ਨਜ਼ਰ ਆਉਂਦੇ ਨੇ ਲੱਗਦਾ ਵਿਚਾਰੀਆਂ ਇਕੱਲੀਆਂ ਜਾਂਦੀਆਂ ਕੁੜੀਆਂ ਨੂੰ ਪਰੇਸ਼ਾਨ ਕਰੀ ਜਾਂਦੇ ਨੇ ਮੋਟਰਸਾਈਕਲ ਉਹਨਾਂ ਦੇ ਨਾਲ-ਨਾਲ ਤੋਰੀ ਲੈ ਜਾਂਦੇ ਨੇ ਮੈਂ ਇਹਨਾਂ ਨੂੰ ਪਿੱਛੋਂ ਦੀ ਦੇਖਦੀ ਆਉਂਦੀ ਆਂ ਘਰ ਵਾਲੀ ਨੂੰ ਗੱਲ ਵਿਸਥਾਰ ਚ ਦੱਸਣੋਂ ਟੋਕ ਕੇ ਸਕੂਟਰ ਚਲਾਉਂਦੀਆਂ ਹੀ ਰਵੇਲ ਸਿੰਘ ਕਹਿਣ ਲੱਗਾ ਵੀ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਕੋਈ ਨਾ ਕੁਝ ਕਰਦੇ ਆ ਐਸੀ ਕਿਹੜੀ ਗੱਲ ਹੈ ਵੀ ਜੇ ਇਹਨਾਂ ਦੇ ਮਾਪੇ ਨਾਲ ਨਹੀਂ ਤਾਂ ਅਸੀਂ ਤਾਂ ਹਾਂ ਚਿੰਤਾ ਨਾ ਕਰ ਸੋ ਕੁੜੀਆਂ ਨੂੰ ਹੌਸਲਾ ਦੇਣ ਲਈ ਉਹਨੇ ਸਕੂਟਰ ਅੱਗੇ ਜੇ ਕਰਕੇ ਕੁੜੀਆਂ ਦੇ ਸਕੂਟਰ ਨੇੜੇ ਲਾ ਜਾ ਕੇ ਉਹਨਾਂ ਨੂੰ ਸੰਬੋਧਨ ਕਰਦੇ ਆਇਸਤਾ ਜਿਹਾ ਕਿਹਾ ਬੇਟਾ ਘਬਰਾਉਣਾ ਨਹੀਂ ਇਹਨਾਂ ਮੁੰਡਿਆਂ ਦੀ ਬਤਮੀਜ਼ੀ ਤੋਂ ਅਸੀਂ ਤੁਹਾਡੇ ਪਿੱਛੇ ਪਿੱਛੇ ਆ। ਆਰਾਮ ਨਾਲ ਤੇਜ਼ ਕਰਕੇ ਅੱਗੇ ਲੰਘ ਜਾਓ। ਰਵੈਲ ਸਿੰਘ ਦੀ ਗੱਲ ਸੁਣ ਕੇ ਉਹਨਾਂ ਕੁੜੀਆਂ 'ਚੋਂ ਇੱਕ ਜਰਾ ਮੁਸਕਰਾ ਕੇ ਕਹਿਣ ਲੱਗੀ, "ਅੰਕਲ, ਤੁਸੀਂ ਬਿਲਕੁਲ ਪਰੇਸ਼ਾਨ ਨਾ ਹੋ। ਆ ਆਪਣਾ ਹੀ ਇਲਾਕਾ ਹੈ। ਅਸੀਂ ਤਾਂ ਆਨੰਦ ਨਾਲ ਜਾ ਰਹੀਆਂ। ਸਾਨੂੰ ਕਿਸੇ ਤੋਂ ਡਰ ਨਹੀਂ ਲੱਗਦਾ, ਬਲਕਿ ਮਜ਼ਾ ਆ ਰਿਹਾ ਹੈ। ਤੁਸੀਂ ਨਿਸ਼ਚਿੰਤ ਹੋ ਕੇ ਘਰੇ ਲੰਘ ਜਾਓ।" ਰਵੈਲ ਸਿੰਘ ਤੇ ਉਹਦੀ ਪਤਨੀ ਸ਼ਰਮਿੰਦਗੀ ਦੇ ਆਲਮ 'ਚ ਸਕੂਟਰ ਦਾ ਐਕਸੀਲੇਟਰ ਤੇਜ਼ ਕਰ ਅੱਗੇ ਲੰਘ ਗਏ। かんわん。